ਸਤਨਾਮੁ ਵਾਖੇ ਗੁਰੂ ਜੀਓ ਕਰੋ ਕਿਰਪਾ ਕਰुणाਪਤੇ ਤੇਰੇ ਹਰ ਗੁਣ ਗਾ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾ ਸਤਨਾਮ ਵਾਖੇ ਗੁਰੂ ਜੀਓ ਗੜੀ ਮਹੱਲਾ ਨੋਆ ਸਾਦੋ ਗੋਬਿੰਦ ਕੇ ਗੁਣ ਗਾਓ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵ ਰਹਾ ਪਤਤ ਪੁਨੀਤ ਦੀਨ ਬੰਦ ਹਰ ਸ਼ਰਣ ਤਾਹੇ ਤੁਮ ਆਵੋ ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਹੇ ਬਿਸਰਾਵੋ ਤਜ ਅਬ ਮਨ ਮੋ ਮਾਇ ਆਪਨ ਭਜਨ ਰਾਮ ਚਿਤ ਲਾਵ ਨਾਨਕ ਕਹਿ ਤੁ ਮੁਕਤ ਪੰਥ ਏ ਗੁਰਮੁਖ ਹੋਏ ਤੁਮ ਪਾਵ ਨਾਨਕ ਕਹਿ ਤੂੰ ਮੁਕਤ ਪੰਥ ਏ ਗੁਰਮੁਖ ਹੋਏ ਤੂੰ ਪਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਤੇ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਰ ਰੋਜ ਦੀ ਤਰ੍ਹਾਂ ਆਓ ਪਿਆਰ ਸਹਿਜ ਕਾਜ 일ਵਾਈਏ ਗਰੀਬ ਨਵਾਜ ਪਿਤਾ ਮਹਾਰਾਜ ਜੀ ਜ਼ਿੰਦਗੀ ਜਉਣ ਦਾ ਜੋ ਟੰਗ ਦਾਸ ਰੇਖਾਨ ਜੋ ਕਲ ਸ਼ਬਦ ਵਿਚਾਰ ਅdeen ਸੀ ਉਸੇ ਸਾਧੋ ਇਹ ਮਨ ਗਿਓ ਨਾ ਜਾਈ ਮਨ ਪਕੜਿਆ ਨਹੀਂ ਜਾਂਦਾ ਮਨ ਨੂੰ ਪਕੜਨਾ ਜ਼ਰੂਰ ਪੈਣਾ ਹੈ ਜ਼ਿੰਦਗੀ ਨੇ ਸਫਲਤਾ ਕੋਣਾ ਹੈ ਪਰ ਇਸ ਮਨ ਨੂੰ ਕਿਵੇਂ ਕਾਬੂ ਕੀਤਾ ਜਾਵੇ ਇਹ ਕੋਈ 2 4 ਗਿਆਨ ਦੀਆਂ ਗੱਲਾਂ ਨਾਲ ਇਹ ਕਾਬੂ ਨਹੀਂ ਆਉਣ ਵਾਲਾ ਇਹਦੇ ਲਈ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ अनेका ਪਰਮਾਨ ਦੇ ਦੇ ਕੇ अनेका ਬਚਨਾਂ ਰਾਈਂ ਸਮਝਉਂਦੇ ਕਾਣ ਜਿਵੇਂ ਕੱਲ ਦੇ ਦੀਵਾਨ ਅੰਦਰ ਵਿਚਾਰਿਆ ਸੀ ਪੈਨੂੰ ਪਕੜਨ ਲਈ ਗੁਰੂ ਕੇ ਸ਼ਬਦ ਦਾ ਸਹਾਰਾ ਲਈਏ ਕਾਲੇ ਨਾ ਪਈਏ ਕਿੰਨਾ ਸਤਗੁਰਾਂ ਨੂੰ ਫਿਕਰ ਇਤਿ ਸ਼ਬਦ ਵਿੱਚ ਇਹਦੀ ਚੰਚਲਤਾ ਮਨ ਦੇ ਅਥੋਂ ਜੋ ਖੁਆਰਾ ਖੁਵਾਰੀ ਸਾਡੇ ਪੱਲੇ ਪੈਂਦੀ ਦੁੱਖ ਪੈਂਦੇ ਉਹਦੇ ਤੋਂ ਸੁਚੇਤ ਕੀਤਾ ਤੇ ਕਿਵੇਂ ਤ੍ਰਿਸ਼ਨਾ ਤੇ ਕ੍ਰੋਧ ਅੰਦਰ ਨੂੰ ਬਰਬਾਦ ਕਰਦਾ ਜੋਗੀ ਵਿਖਾਰ ਦੇ بڑے بڑے ਵੱਡੇ ਗੁਣੇ ਸਤਗੁਰੂ ਜੀ ਨੇ ਨਾਲ ਹੀ ਅਗਲਾ ਸ਼ਬਦ ਜੋ ਉਚਾਰਨ ਕੀਤਾ ਹੈ ਕਹਿਣ ਲੱਗੇ ਕਬਰੌਣਾ ਨਹੀਂ ਇਸ ਮਨ ਤੋਂ ਡਰਨਾ ਨਹੀਂ ਕਿ ਜੇ ਇਹਦੇ ਨੇ ਵੱਡੇ ਕੰਮ ਆਬ ਨਹੀਂ ਹੋਏ ਆਪਾਂ ਕਿੱਥੋਂ ਘੁਮਾਂਗੇ ਸਤਗੁਰੂ ਜੀ ਨੇ ਨੁਕਤਾ ਦੱਸਿਆ ਸੀ ਪਰ ਰੱਬ ਜਦੋਂ ਦਇਆ ਕਰੇ ਤੇ ਸਾਰੀਆਂ ਵਿਧੀਆਂ ਬਣ ਜਾਂਦੀਆਂ ਮਹਾਰਾਜ ਰੱਬ ਕਿਵੇਂ ਦਇਆ ਕਰਦਾ ਏ ਇਸ ਮਨ ਨੂੰ ਪਕੜਨਾ ਚਾਹੁੰਨੇ ਆ ਮਨ ਕਿਵੇਂ ਕਾਬੂ ਆਵੇ ਰੱਬ ਕਿਵੇਂ ਦਇਆ ਕਰੇ ਕਿਵੇਂ ਵਿਧੀਆਂ ਬਣਦੀਆਂ ਨੇ ਤਾਂ ਕਿ ਉਹ ਦਇਆ ਦੇ ਘਰ ਵਿੱਚ ਆਵੇ ਤੇ ਸਤਿਗੁਰਾਂ ਨੇ ਅੱਜ ਬਚਨ ਸ਼ੁਰੂਆਤ ਇੱਥੋਂ ਕੀਤਾ ਹੈ ਹਜ਼ੂਰ ਕਹਿੰਦੇ ਸਾਧੋ ਗੋਬਿੰਦ ਕੇ ਗੁਣ ਗਾਵੋ ਸਲਾਮਾ ਨਾ ਕਰੋ ਇਹਦੇ ਲਈ ਦਲੀਲਾਂ ਨਾ ਸੋਚੋ ਸਾਬ ਕਹਿੰਦੇ ਕਦੇ ਕਰਨ ਨੂੰ ਵੇਖਿਆ ਕਿਤਨਾ ਤੇਜ਼ ਦੌੜਦਾ ਹੈ ਘੋੜੇ ਦੀ ਵੀ ਤੁਲਨਾ ਕਰਨੀ ਹੋਵੇ ਤੇ ਕਰਨ ਨਾਲ ਕੀਤੀ ਜਾਂਦੀ ਫੇ ਕੋੜਾ ਕਰਨ ਖੋ ਗਿਆ ਪਰ ਬਹੁਤ ਤੇਜ਼ ਦੌੜਦਾ ਹੈ ਕਹਿੰਦੇ ਜਿਵੇਂ ਕਰਨ ਬਹੁਤ ਤੇਜ਼ ਦੌੜਨ ਵਾਲ ਆਖ ਹੈ ਜੋ ਦੇ ਮਗਰ ਲੱਗ ਕੇ ਉਹਨੂੰ ਪਕੜਨਾ ਚਾਹੀਏ ਤੇ ਉਸ ਨੂੰ ਨਹੀਂ ਨਾ ਪਕੜ ਸਕਦੇ ਜੁਗਤੀ ਚਾਹੀਦੀ ਖਰ ਕੰਮ ਲੈ ਜਿਹੜਾ ਬੰਦਾ ਜੁਗਤ ਨਾਲ ਕੰਮ ਕਰੇ ਉਹ ਹੀ ਕਾਮਯਾਬਖ ਹੁੰਦਾ ਆ ਜਿੰਨਾ ਸਾਇੰਸ ਦਾ ਪਸਾਰਾ ਕਿੰਨੇ ਸੁਖ ਲੈ ਰਹੇ ਆ ਇਹ ਜੁਗਤੀ ਇਹਨਾਂ ਲੋਹਾ ਆਕਾਸ਼ ਵਿੱਚ ਉੱਡਿਆ ਫਿਰਦਾ ਕਿਤਨਾ ਭਾਰ ਲੈ ਲੈ ਕੇ ਫੈਰੂ ਖਵਾ ਨੂੰ ਕਿਵੇਂ ਕਾਬੂ ਵਿੱਚ ਕਰਕੇ ਕਿਤਨੇ-ਕਤਨੀਆਂ ਵੱਡੀਆਂ ਮਸ਼ੀਨਰੀਆਂ ਚਲਾਈਆਂ ਜਾ ਰਹੀਆਂ ਹਨ ਹਵਾ ਨੂੰ ਅੱਗ ਨੂੰ ਇਹ ਸਾਰਾ ਕੁਝ ਕਿਸੇ ᔪਗਤੀ ਦੇ ਅਧੀਨ ਤੋ ਇਸੇ ਤਰ੍ਹਾਂ ਗੱਲ ਕਰ ਰਿਹਾ ਸਮਨ ਨੂੰ ਪਕੜਨ ਦੀ ਸਤਿਗੁਰੂ ਜੀ ਨੇ ਬਹੁਤ ਵਾਰੀ ਖਿਰਨਦਾ ਹਿਰਨ ਨੂੰ ਮ੍ਰਿਗ ਵੀ ਕਿਹਾ ਜਾਂਦਾ ਹੈ ਗੁਰਬਾਣੀ ਚ ਕਿਹਾ ਖਿਰਨ ਵੀ ਕਿਹਾ ਹੈ ਸਹਿਬਿਕ ਜਗਾ ਤੇ ਕਹਿੰਦੇ ਨਾਦ ਪਰਮੇ ਜੈਸੀ ਮਿਰਗਾਏ ਪ੍ਰਾਂਤ ਅਜੇ ਵਾਕੋ ਧਿਆਨ ਨਾ ਜਾਏ ਉਹਦੇ ਵਿੱਚ ਤਾਂ ਭਗਤ ਨਾਮਦੇਵ ਸਾਹਿਬ ਜੀ ਧਿਆਨ ਤਰਨ ਦਾ ਉਪਦੇਸ਼ ਕਰਦੇ ਕਹਨ ਵੀ ਧਿਆਨ ਕਿਵੇਂ ਲੱਗਣਾ ਚਾਹੀਦਾ ਹੈ ਕਿੰਨਾ ਕੁ ਸਾਨੂੰ ਕਿੱਛੇ ਵੇਖਣਾ ਚਾਹੀਦਾ ਹੈ ਉਹਦੀਆਂ ਵਰਕਤਾਂ ਪਰ ਮੈਂ ਪਹਿਲਾਂ ਗੱਲ ਕਰਨ ਲੱਗਾ ਸੀ ਕਿ ਖਰਨ ਨੂੰ ਪਕੜਨ ਲਈ ਕੀ ਕੀਤਾ ਜਾਂਦਾ ਹੈ ਹਿਰਨ ਤੇਜ ਦੌੜਦਾ ਹੈ ਮਗਰ ਨਹੀਂ ਹਿਰਨ ਦੀ ਵੇਖਿਆਪਨ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਏ ਕੰਡੇ ਖੇੜੇ ਦੀ ਆਵਾਜ਼ ਤੇ ਉਹ ਮੋਤ ਕੋ ਜਾਂਦਾ ਹੈ ਸ਼ିକਾਰੀ ਜਾਂ ਆਦਮੀ ਇੱਕ ਜਗ੍ਹਾ ਤੇ ਕੰਡੇ ਖੇੜੇ ਦੀ ਆਵਾਜ਼ ਪੈਦਾ ਕਰਕੇ ਇੱਕ ਜਗ੍ਹਾ ਤੇ ਬੈਠ ਜਾਂਦਾ ਟਿੱਕੇ ਉਹਨੇ ਉਹ ਜਦੋਂ ਕੰਡੇ ਖੇੜੇ ਦੀ ਕਰਨ ਆਵਾਜ਼ ਸੁਣਦਾ ਉਹਨੂੰ ਧੂਪ ਪੈਂਦੀ ਖਿੱਚ ਪੈਂਦੀ ਹੌਲੀ-ਹੌਲੀ ਉਹ ਮਜਬੂਰ ਪਹਿਲਾ ਖੌਲੀ ਹੁੰਦਾ ਫਿਰ ਨੇੜੇ ਆਉਂਦਾ ਆਉਂਦਾ ਸੁਣਝੋ ਕੇ ਰਹਿ ਜਾਂਦਾ ਇਹਨਾ ਮਸਤ ਹੁੰਦਾ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਫੇਰ ਉਹਦੇ ਗਲ ਵਿੱਚ ਰੱਸੀ ਪਾਈ ਤੇ ਉਹਨੂੰ ਗੁਲਾਮ ਬਣਾ ਲਿਆ ਸਤਗੁਰੂ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਆਪੇ ਹੀ ਸਵਾਲ ਖੜਾ ਕੀਤਾ ਮਨ ਪਕੜਿਆ ਨਹੀਂ ਜਾ ਸਕਦਾ ਪਰ ਕਿਵੇਂ ਪਕੜਨਾ ਹੈ ਉਹ ਦੱਸ ਰਹੇ ਨੇ ਕਹਿੰਦੇ ਜਿਵੇਂ ਉਹ ਕੰਡੇ ਖੇੜੇ ਦੀ ਆਵਾਜ਼ ਪੈਦਾ ਕਰਨ ਇੱਕ ਜਗ੍ਹਾ ਤੇ ਬਹਿਜ ਅੰਦਾਏ ਤੁਸੀਂ ਰੋਜ਼ ਸਿਮਰਨ ਵਿੱਚ ਬੈਠੋ ਉਹਦੇ ਗੁਣ ਗਾਓ ਗੁਣ ਗਾਣੇ ਉਹਦੀ ਯਾਦ ਵਿੱਚ ਬੈਠਣਾ ਉਹਦੀ ਯਾਦ ਨੂੰ ਪਕਾਣਾ ਨਾ ਸੋਚੋ ਫੇਕ ਇੱਕਦਮ ਵਾਜਗੁਰੂ ਕਹੀਏ ਤੇ ਮਨ ਟਿਕ ਜਾਵੇ ਨਹੀਂ ਕਹਿੰਦੇ ਜਿਵੇਂ ਖਰਨ ਖੋਲੀ ਹੋਲੀ ਆ ਗਿਆ ਇਹ ਵੀ ਮਜਬੂਰ ਹੋ ਗਾ ਟਿਕਣ ਲਈ ਹਿਰਨ ਨੂੰ ਉਹ ਆਦਮੀ ਗੁਲਾਮ ਬਣਾਉਂਦਾ ਹੈ ਇਹ ਮਨ ਤੁਹਾਡਾ ਗੁਲਾਮ ਬਣੇਗਾ ਇਹਦੇ ਲਈ ਗੁਣ ਗਾਣੇ ਕਰਨ ਜਦੋਂ ਗੁਲਾਮ ਬਣੇ ਕਿ ਪਿਆਰਿਓ ਰਹਿ ਹੀ ਨਹੀਂ ਜਾਂਦਾ ਮਨ ਉੱਤੇ ਕਹੀ ਨਹੀਂ ਕੇਵਲ ਰਹੀ ਸਤਿਗੁਰੂ ਪਰਮੇਸ਼ਰ ਦਾ ਹੁਕਮ ਰਹਿੰਦਾ ਤੁਸੀਂ ਕਹੋਗੇ ਕੀ ਫਿਰ ਜਿਹੜੇ ਪੂਰਨ ਸਾਧੂ ਨੇ ਉਹਨਾਂ ਕੋਲ ਮਨ ਨਹੀਂ ਖੁੰਦਾ ਜਿਹੜਾ ਆਪਾਂ ਸੋਚਦੇ ਆ ਨਾ ਮਨ ਉਹਨਾਂ ਕੋਲ ਉਹ ਨਹੀਂ ਮਨ ਦੀ ਹਾਲਤ ਹੁੰਦੀ ਬਿਲਕੁਲ ਨਹੀਂ ਉਹ ਤਾਂ ਹੀ ਕੁਝ ਵੀ ਕਰਨਾ ਹੋਵੇ ਤਾਂ ਕਹਿਣਗੇ ਜਿਵੇਂ ਨਿਰੰਕਾਰ ਦਾ ਹੁਕਮ ਹੋਵੇਗਾ ਜਿਵੇਂ ਸਤਪੁਰੂ ਜੀ ਦਾ ਹੁਕਮ ਹੋਵੇਗਾ ਮੈਂ ਇੱਕ ਦੋ ਇੱਛੇ ਬਚਨ ਤੁਹਾਡੇ ਨਾਲ ਸਾਂਝਾ ਕਰਨ ਇਚਾਾਂਗਾ ਜਿਹੜੇ ਜਿਹੜੇ ਪਿਆਰੇ ਜਪਦੇ ਨੇ ਭਾਵੇਂ ਮਹਾਂਪੁਰਖ ਨੇ ਭਾਈ ਸਾਹਿਬ ਨੇ ਚਾਹ ਕੋ ਬੀਬਾ ਚਾਹ ਕੋ ਸਿੰਘ ਇਹ ਸ਼ਰੀਰਾਂ ਨੂੰ ਆਪਾਂ ਨਾਂ ਦਿੱਤੇ ਨੇ ਐਹੋ ਜੇ ਕਦੇ ਵੀ ਵਿਤਕਰੇ ਨਾ ਪਾਇਆ ਕਰੀਏ ਵੀ ਉਹੀ ਘਟਨਾ ਘਟੇ ਜਿਹਦੇ ਨਾਲ ਭਾਈ ਜੁੜਿਆ ਜਾਂ ਸਰਦਾਰ ਤੇ ਅਸੀਂ ਉਹਨੂੰ ਹੋਰ ਤਰ੍ਹਾਂ ਲਈਏ ਉਹੀ ਘਟਨਾ ਕਿਸੇ ਸਾਧੂ ਨਾਲ ਜੁੜੀ ਹੋਵੇ ਅਸੀਂ ਉਹਨੂੰ ਪ੍ਰਵਾਨ ਨਾ ਕਰੀਏ ਇਹ ਸਾਡੀ ਦੁਸ਼ੈ ਸਾਡਾ ਅਹੰਕਾਰ ਹੈ ਮੈਂ ਬੇਨਤੀ ਕਰ ਲੱਗਾ ਸਾਂ ਭਾਈ ਸੇ ਭਾਈ ਰਣਜੀਤ ਸਿੰਘ ਸਾਹਿਬ ਜਲੰਧਰ ਉਹ ਨ ਜਾਣਾ ਸੀ ਉੱਥੇ ਸਰਦਾਰ ਕਰਤਾਰ ਸਿੰਘ ਜੀ ਸੈਸ਼ਨ ਜੱਜ ਉਹਨਾਂ ਨੂੰ ਪਤਾ ਲੱਗਾ ਹੋਣਾ ਅੰਦਰ ਰੀਤ ਜਾਵਾਂਗੇ ਭਾਈ ਸਾਹਿਬ ਦੀ ਸੰਗਤ ਕਰਾਂਗੇ ਕਿਉਂਕਿ ਜਿਹੜਾ ਇਸ ਰਾਤ ਤੇ ਤੁਰਪਿਆ ਨਾ ਵੀ ਮਨ ਨੂੰ ਪਕੜਨਾ ਹੈ ਇਹਨੂੰ ਸ਼ਾਂਤ ਕਰਨਾ ਹੈ ਔਰ ਟਿਕ ਕੇ ਨਹੀਂ ਬੈਂਦਾ ਪਰਮੇਸ਼ਰ ਦੀ ਰਚਨਾ ਹੀ ਇਸ ਤਰ੍ਹਾਂ ਹੈ ਪਹਿਲੀ ਗੱਲ ਤੇ ਮਨ ਨੂੰ ਸ਼ਾਂਤ ਕਰਨ ਲਈ ਖਰਬੰਦਾ ਤਿਆਰ ਨਹੀਂ ਵਿਰਲੀਆਂ ਰੂਹਾਂ ਹੁੰਦੀਆਂ ਤੇ ਜਿਹਨੂੰ ਸੋਝੀ ਪੈ ਗਈ ਉਹ ਫਿਰ ਟਿਕਦਾ ਨਹੀਂ ਉਹ ਲੱਭਦਾ ਗੁਰਮਖਾਂ ਦੀ ਸੰਗਤ ਉਹਦਾ ਅੰਦਰ ਭਾਲ ਲਾਖੈ ਉਹ ਗਏ ਵੀ ਚਲੋ ਮਿਲਾਂਗੇ ਕੁਝ ਬਚਨ ਬਿਲਾਸ ਕਰਾਂਗੇ ਕੁਝ ਸੁਣਾਗੇ ਕੁਝ ਦੱਸਾਂਗੇ ਪੁੱਛਾਂਗੇ ਜਦੋਂ ਗਏ ਤੇ ਅੰਦਰ ਸ਼ਰਦਾ ਸੀ ਭਾਵਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਜਾਈਏ ਗੁਰਮਖਾਂ ਕੋਲ ਜਾਈਏ ਅੰਦਰ ਕੋਈ ਸਵਾਲ ਤੇ ਸ਼ੰਕੇ ਨਹੀਂ ਹਾਂ ਸਵਾਲ ਲੈ ਕੇ ਜਾਈਏ ਜਰੂਰ ਸਤਿਗੁਰਾਂ ਨੂੰ ਨਹੀਂ ਪੁੱਛਣਾ ਤੇ ਕਿੰਨੂੰ ਪੁੱਛਣਾ ਹੈ ਆਪਾਂ ਸਾਡੇ ਬਾਪ ਨੇ ਸਾਡੇ ਪਿਤਾ ਨੇ ਗੁਰਮੁਖਾਂ ਨੂੰ ਨਹੀਂ ਪੁੱਛਣਾ ਤੇ ਕਿੰਨੂੰ ਪਰ ਉਹਦੇ ਅੰਦਰ ਭਾਵਨਾ ਹੋਵੇ ਸਿੱਖਣ ਦੀ ਨਿਮਰਤਾ ਖੋਵੇ ਦੂਜੀ ਗੱਲ ਕੁਝ ਨਾ ਕੁਝ ਆਪ ਅਭਿਆਸ ਕੀਤਾ ਹੋਵੇ ਸਤਗੁਰੂ ਜਵਾਬ ਦੇਣਗੇ ਤਾਂ ਹੀ ਸਮਝ ਪਾਏਗੀ ਗੁਰਮੁਖ ਹੋਣ ਤਾਂ ਹੀ ਪਾਈਸਾ ਪਾਈ ਵੀਰ ਸਿੰਘ ਜੀ ਨੇ ਗੁਰਮੁਖ ਸਿੱਖਿਆ ਚ ਇੱਕ ਆਪਣੀ ਖੱਡ ਬੀਤੀ ਲਿਖੀ ਹੈ ਉਹ ਕਹਿੰਦੇ ਇੱਕ ਬਹੁਤ ਪੜਿਆ ਲਿਖਿਆ ਸੱਜਣ ਸਾਡੇ ਕੋਲ ਆਇਆ ਬੜੇ ਮਾਨ ਨਾਲ ਆ ਕੇ ਕਹਿਣ ਲੱਗਾ ਜੀ ਮੈਂ ਕਿਸੇ ਸੰਤ ਨੂੰ ਕਿਸੇ ਗੁਰਮੁਖ ਦੀ ਸੰਗਤ ਇਹ ਲੋੜ ਨਹੀਂ ਮਹਿਸੂਸ ਕਰਦਾ ਜਦੋਂ ਬਾਣੀ ਪੜੀਦੀ ਏ ਸਿਮਰਨ ਕਰੀਦਾ ਰੱਬ ਦਾ ਲੋੜ ਨਹੀਂ ਪਾਈਸਾ ਕਹਿੰਦੇ ਸੜ ਅੰਦਰ ਕਾਲਾ ਪੈ ਰਿਆ ਸੀ ਉੱਥੋ ਠੋਟ ਕੋ ਚਲਾ ਜਾਵੇ ਪਰ ਆਕਾਰ ਆਇਆ ਸੀ ਕਹਿ ਨਹੀਂ ਸਕਦੇ ਅਸੀਂ ਉਹਨੂੰ ਬੜੇ ਪਿਆਰ ਨਾਲ ਕਿਹਾ ਤੋ ਇਹ ਤੈਨੂੰ ਮਨਾਉਣ ਦਾ ਮਤਲਬ ਨਹੀਂ ਤੂੰ ਮੰਨ ਜਾਂ ਨਾ ਮੰਨ ਸਾਡੀ ਜਿੰਨੀ ਵੀ ਆਤਮਿਕ ਤਰੱਕੀ ਹੋਈ ਏ ਇਹ ਕਿਸੇ ਸਤਿਗੁਰੂ ਦੇ ਬਖਸ਼ੇ ਮਹਾਂਪੁਰਸ਼ ਦੀ ਸੰਗਤ ਹੀ ਬਦਵਲਤ ਕੋਈ ਹੈ ਉਹਦਾ ਕਾਰਨ ਉਹ ਮਹਾਂ ਸਤਿਗੁਰਾਂ ਦੇ ਬਚਨ ਜੋ ਨੇ ਉਹ ਪਿਆਰਿਓ ਅਸੀਂ ਜਦੋਂ ਤਜਰਬੇ ਚ ਲਿਆਵਾਂਗੇ ਜਿਨ੍ਹਾਂ ਨੇ ਤਜਰਬਾ ਕੀਤਾ ਏ ਉਹ ਸਾਨੂੰ ਦੱਸਣਗੇ ਜਿਸ ਰਾਤ ਤੇ ਤੁਰਿਆ ਸਤਿਗੁਰੂ ਇਹ ਕੁਝ ਕਹਿੰਦੇ ਸਿੱਧੀ ਸਮਝ ਨਹੀਂ ਪੈਂਦੀ ਮਹਾਪੁਰਖ ਗੁਰਮੁਖ ਪਿਆਰੇ ਉਹ ਰੂਹਾਂ ਦੱਸਦੀਆਂ ਨੇ ਸਾਨੂੰ ਹੌਸਲਾ ਵੀ ਦੇਂਦੀਆਂ ਉਹਨਾਂ ਕੋਲ ਬੈਠ ਕੇ ਕੇਵਲ ਹੌਸਲਾ ਨਹੀਂ ਸ਼ਕਤੀ ਮਿਲਦੀ ਮੋਦਕ ਪਰਮਾਨੰਦ ਇਹ ਲੱਗਾ ਸਾ ਪਾਛੇ ਪਾਇਰਨ ਤੀਰ ਸਿੰਘ ਸਾਹਿਬ ਦੇ ਕੋਲ ਸਰਦਾਰ ਕਰਤਾਰ ਸਿੰਘ ਜੀ ਜੱਜ ਸਨ ਸਿਆਣੇ ਸੀ ਅਬਿਆਸ ਕਰਦੇ ਸੀ ਚੌਂਦੇ ਸੀ ਮੰਨ ਟਿਕੇ ਸ਼ਰਧਾ ਤੇ ਭਾਵਨਾ ਲੈ ਕੇ ਪਿਆਰ ਨਾਲ ਗਏ ਨੇ ਜਦੋਂ ਗਏ ਜਾਗ ਕੇ ਫਤਿਬਲਾਗ ਕੇ ਬਹਿ ਗਏ ਭਾਈ ਸਾਹਿਬ ਵੀ ਟਿਕੇ ਬੈਠੇ ਸਨ ਇਹ ਵੀ ਬਹਿ ਗਏ ਦੂਸਰੇ ਚੁੱਪ ਨੇ ਫਿਰ ਸ਼ਾਇਦ ਕੋਈ ਬਚਨ ਸ਼ੁਰੂ ਹੋਏਗਾ ਭਾਈ ਸਾਹਿਬ ਨੇ ਬਚਨ ਨਹੀਂ ਕੋਈ ਸ਼ੁਰੂ ਕੀਤਾ ਪੁੱਛਣ ਵਾਲਿਆਂ ਨੇ ਕੁਝ ਪੁੱਛਿਆ ਨਹੀਂ ਹੀ ਗੁਰੂ ਕੇ ਪਿਆਰੇ ਜਿਹੜੇ ਪੁੱਛਣ ਗਏ ਸੀ ਕੁਝ ਸਵਾਲ ਸੰਜਿਮਨ ਤੰਗ ਕਰਦਾ ਸੁਭਾਵਕ ਕੋਟਦੇ ਨੇ ਉਹਨਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ ਤੇ ਦੱਸਣ ਵਾਲਿਆਂ ਨੂੰ ਜੇ ਪਤਾ ਹੈ ਤੇ ਜ਼ਰੂਰ ਦੱਸੋ ਪਰ ਉਹ ਦੱਸੋ ਜੋ ਤੁਹਾਡਾ ਆਪਣਾ ਤਜਰਬਾ ਹੈ ਉਹ ਨਾ ਦੱਸੋ ਜੋ ਤੁਹਾਡਾ ਤਜਰਬਾ ਹੀ ਨਹੀਂ ਕਿਸੇ ਤੋਂ ਸੁਣੀ ਸੁਣਾਈ ਗੱਲ ਲੇ ਅਗਲੇ ਦਾ ਨੁਕਸਾਨ ਵੀ ਹੋ ਸਕਦਾ ਹੈ ਪਿਆਰਿਓ ਆਪਾਂ ਕਿਸੇ ਦਾ ਭਲਾ ਕਰਨਾ ਹੈ ਨਾ ਕਿ ਨੁਕਸਾਨ ਜਦ ਪਿਆਰ ਨਾਲ ਮਹਾਰਾਜ ਦਾ ਬਚਨ ਸੰਤ ਮਿਲੈ ਕਿ ਸੁਣੀਏ ਕਹੀਏ ਮਿਲੈ ਅਸੰਤ ਮਸਤ ਹੋਏ ਰਹੀਏ ਭਈ ਕੁਛ ਕਹਿਣਾ ਤੇ ਸੁਨਣਾ ਹਾਂ ਕੋਈ ਪੁੱਛੇ ਤੇ ਦੱਸੋ ਤੁਹਾਡੇ ਦਸਿਆਂ ਘਟਦਾ ਨਹੀਂ ਇਹ ਬਹੁਤ ਤੁਹਾਡਾ ਭਰਮ ਏ ਜੇਕਰ ਅਸੀਂ ਦੱਸਾਂਗੇ ਤੇ ਸਾਡੀ ਕਮਾਈ ਘਟੇਗੀ ਹਾਂ ਖੋਮੇ ਵਿੱਚੋਂ ਦੱਸਾਂਗੇ ਗਿਆਨ ਝਾੜਨ ਲਈ ਦੱਸਾਂਗੇ ਫਿਰ ਜ਼ਰੂਰ ਘਟੇਗੀ ਮਨ ਵਿੱਚ ਖਿਆਲ ਆਉਣਗੇ ਮਾੜੇ ਅਹੰਕਾਰ ਵੇ ਪਰ ਜੇਕਰ ਪੈ ਭਾਵਨੀ ਕਿਸੇ ਦੇ ਭਲੇ ਕਰਨ ਵਾਸਤੇ ਤੁਸੀਂ ਜੋ ਆਪ ਤਜਰਬਾ ਕੀਤਾ ਹੈ ਸਤਿਗੁਰਾਂ ਦਾ ਦੱਸੋਗੇ ਸਗੋਂ ਵਾਅਦਾ ਹੋਏਗਾ ਕਟੇ ਹੀ ਨਹੀਂ ਡਬਲ ਕਮਾਈ ਉਹ ਜੁੜ ਗਿਆ ਉਹਦੀ ਅਸੀਸ ਨਿਕਲੇ ਇੱਕ ਗੁਰੂ ਕੇ ਪਿਆਰੇ ਰੰਗ ਰਤੀ ਰੂਹ ਨੇ ਗੁਰੂ ਕੇ ਪਿਆਰੇ ਕੋਰਾਂ ਬਚਨ ਖਿਆ ਚੱਲ ਰਹੇ ਸਨ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੋਈ ਸੱਜਣ ਕਹਿ ਰਿਹਾ ਹੈ ਮੈਨੂੰ ਅਨਖਦ ਨਾਦ ਸੁਣ ਰਿਹਾ ਕਿਸੇ ਨੂੰ ਸਤਿਗੁਰੂ ਜੀ ਅੰਦਰੋਂ ਪ੍ਰਕਾਸ਼ ਦੇ ਦਰਸ਼ਨ ਕਰਾ ਕੇ ਸੁੱਖ ਦੇ ਰਹੇ ਕੰ ਕੋਈ ਕਹੇ ਅੰਮ੍ਰਿਤ ਦੇ ਚਰਨੇ ਝੜ ਰਹੇ ਕੰ ਪਰ ਦਾਸ ਨੂੰ ਤੇ ਕੁਝ ਨਹੀਂ ਇਸ ਤਰ੍ਹਾਂ ਦਾ ਕੁਝ ਖੋ ਰਿਆ ਜਦੋਂ ਸੱਜਣਾ ਦੀ ਵਾਰਤਾ ਸੁਣ ਐਸੀ ਉਹ ਰੰਗ ਰਤੀ ਰੋਹ ਕਹਿਣ ਲੱਗੇ ਪਿਆਰੋ ਤੁਹਾਨੂੰ ਪਤਾ ਹੀ ਨਹੀਂ ਉਹ ਸਾਰਾ ਕੁਝ ਪਲੈ ਮਹਾਰਾਜ ਸਬਨਾ ਨੂੰ ਦੇਣ ਪਰ ਸਭ ਤੋਂ ਵੱਡਾ ਕੰਮ ਹੈ ਕਿਸੇ ਟੁੱਟੇ ਹੋਏ ਨੂੰ ਗੁਰੂ ਕੇ ਸ਼ਬਦ ਨਾਲ ਜੋੜ ਦੇਣਾ ਜੋ ਕੁਝ ਕਰ ਰਹੇ ਉਹ ਕਰਦੇ ਆ ਕਿਸੇ ਨੂੰ ਗੁਰੂ ਕੇ ਸ਼ਬਦ ਨਾਲ ਜੋੜ ਦਿਓ ਜਿੱਥੇ ਇੱਕ ਰੂਹ ਜੁੜ ਗਈ ਉਹਦੇ ਬਦਲੇ ਕਈ ਅਨਕਦਨਾਤ ਸੁਣਨ ਦੇ ਬਰਾਬਰ ਰਹਿਮਤਾਂ ਸਤਿਗੁਰੂ ਦੇਣਗੇ ਮੇਰੇ ਕਹਿਣ ਤੋਂ ਮੁਰਾ ਜਿਨੇ ਤਜਰਬਾ ਕੀਤਾ ਉਹਨੂੰ ਪਤਾ ਹੈ ਇਹ ਗਏ ਜਲੰਧਰ ਮਿਲਣ ਸਵਾਲ ਸੀ 2-4 ਪੁੱਛਣੇ ਜਦੋਂ ਗਏ ਤੇ ਅੰਦਰ ਸ਼ਾਂਤ ਹੋ ਗਿਆ ਪੁੱਛਿਆ ਕੁਝ ਵੀ ਨਾ ਅਕਸਰ ਆਪਾਂ ਵੀ ਵੇਖਦੇ ਨੇ ਕਈ ਵਾਰ ਬਹੁਤ ਕੁਝ ਤੁਹਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਸਮੇਂ ਆਏ ਹੋਣਗੇ ਕਿ ਆਹ ਗੱਲਾਂ ਸੀ ਸਾਧੂ ਨੂੰ ਮਹਾਂਪੁਰਖਾਂ ਨੂੰ ਜਾਂ ਕਿਸੇ ਗੁਰਮੁਖ ਨੂੰ ਪੁੱਛਣੀਆਂ ਨੇ ਜਦੋਂ ਜਾਵਾਂਗੇ ਕਈ ਵਾਰ ਨੋਟ ਕੀਤੀਆਂ ਹੁੰਦੀਆਂ ਕਈ ਵਾਰ ਜ਼ੁਬਾਨੀ ਆ ਪੂਰਾ ਮਿੱਥ ਕੇ ਜਾਂਦੇ ਜਦੋਂ ਹੀ ਉਹਨਾਂ ਕੋਲ ਜਾਂਦੇ ਨਹੀਂ ਤੇ ਸਾਰਾ ਕੁਝ ਭੁੱਲ ਜਾਂਦਾ ਹੈ ਚੇਤਾ ਕੀਤਾ ਵੀ ਕੋਈ ਚੇਤਾ ਨਹੀਂ ਆਉਂਦਾ ਇਹ ਵੀ ਗਏ ਤੇਨੂੰ ਕੋਈ ਚੇਤਾ ਨਹੀਂ ਆਇਆ ਭੁੱਲ ਗਿਆ ਇਹ ਕੰਟਾ ਕੋ ਬੈਠੇ ਰਹੇ ਕਿਸੇ ਨੇ ਕੋਈ ਬਚਨ ਨਹੀਂ ਕੀਤਾ ਉਸੇ ਰਸ ਵਿੱਚ ਉੱਠੇ ਸਿਰ ਨਵਾਇਆ ਤੇ ਚੱਲ ਪਏ ਕੁਝ ਦੂਰੀ ਤੱਕ ਇਹ ਪਹੁੰਚੇ ਅੰਦਰ ਪ੍ਰਕਾਸ਼ ਅਚਾਨਕ ਫਿਰ ਉਹ ਖਤਮ ਹੋਇਆ ਬਾਅਦ ਵਿੱਚ ਉਹਨਾਂ ਨੇ ਆਪਣੀ ਖੱਡ ਬੀਤੀ ਸਾਂਝੀ ਕੀਤੀ ਕਹਿਣ ਲੱਗੇ ਜਦੋਂ ਗਏ ਜਾਉਂਦੇ ਆ ਸਾਰੇ ਖਿਆਲ ਮੁੱਕ ਕੇ ਗਏ ਅੰਦਰ ਵਾਹਿਗੁਰੂ ਸ਼ਬਦ ਚੱਲ ਪਿਆ ਉਹ ਆਖੋ ਜਾਂ ਚੱਲਿਆ ਨਾਲ ਉਹ ਪ੍ਰਕਾਸ਼ ਬਣ ਗਿਆ ਕਿਉਂਕਿ ਦੋ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ ਨਾ ਅੰਦਰ ਆਵਾਜ਼ ਤੇ ਪ੍ਰਕਾਸ਼ ਸਾਰੀ ਸ੍ਰਿਸ਼ਟੀ ਹੈ ਹੀ ਇਹਨਾਂ ਦੋ ਚੀਜ਼ਾਂ ਦੇ ਆਧਾਰ ਤੇ ਤੇ ਜਦੋਂ ਕਹਿੰਦੇ ਆਏ ਜਿੱਥੇ ਤੱਕ ਟਾਂਗਾ ਲੈਣਾ ਸੀ ਉਥੋਂ ਤੱਕ ਰਿਹਾ ਅਚਾਨਕ ਜਿਵੇਂ ਬਿਜਲੀ ਦਾ ਸਵਿੱਚ ਉਹ ਕਰੀਏ ਤੇ ਰੋਸ਼ਨੀ ਬੰਦ ਹੁੰਦੀ ਇਸ ਤਰ੍ਹਾਂ ਕੋਇਆ ਕਹਿੰਦੀ ਖੋਇਆ ਕੀ ਸੀ ਪਾਤਸ਼ਾਹ ਸਾਹਿਬ ਦੇ ਕੋਲ ਜਾ ਕੇ ਖਿਆਲ ਹੀ ਨਹੀਂ ਕੋ ਆਇਆ ਵਾਹਿਗੁਰੂ ਸ਼ਬਦ ਚੱਲਿਆ ਕੀ ਮਤਲਬ ਸੀ ਮਨ ਨੇ ਖਿਆਲ ਪਾਣੇ ਮਨ ਰਹਿ ਹੀ ਨਹੀਂ ਜਾਂਦਾ ਗੁਰਮਖਾਂ ਕੋਲ ਜਾ ਕੇ ਇੱਥੇ ਜਾ ਕੇ ਨੇ ਨਿਵਣਾ ਕੀ ਉੱਚਾ ਕੀ ਖੋਣਾ ਇਹ ਖਿਆਲ ਪਾਣੇ ਸਣ ਉਹ ਖਿਆਲ ਮੁੱਕ ਗਏ ਤੇ ਕੇਵਲ ਰਹਿ ਗਏ ਪਿੱਛੇ ਵਾਹਿਗੁਰੂ ਸ਼ਬਦ ਆਪ ਹੀ ਤੂੰ ਕਹਿ ਤੂੰ ਮੁਰਾਦ ਜਦੋਂ ਗੁਣ ਗਾਈਏ ਗੁਰੂ ਕੇ ਪਿਆਰਿਓ ਦੀ ਸਿਫਤੋਂ ਸਲਾਗ ਕਰੀਏ ਹਰਨ ਕਾਬੂ ਇਹ ਦੌੜਦਾ ਮਨ ਆਪਣੇ ਆਪ ਕਾਬੂ ਹੀ ਨਹੀਂ ਆਂਦਾ ਉਡੰਤ ਹੋ ਜਾਂਦਾ ਸਾਬ ਕਹਿੰਦੇ ਤੁਸੀਂ ਖੁਦ ਗਾਉ ਵਾਦ ਤੋਂ ਵਾਦ ਬੰਦਗੀ ਕਰੋ ਸਿਮਰਨ ਤੇ ਧਿਆਨ ਕਰੋ ਇਹਦੇ ਨਾਲ ਸਿੱਧੀ ਨਾ ਟੱਕਰ ਲਾਓ ਭਈ ਇਸ ਤਰ੍ਹਾਂ ਕਿਉਂ ਕਰਦਾ ਮੇਰੇ ਨਾਲ ਇਹ ਛੇਤੀ ਕਰਾਂਗੇ ਤੇ ਅਸੀਂ ਸਗੋਂ ਹੋਰ ਪਟਕਾਂਗੇ ਇਹਨੂੰ ਪਤਾ ਲੱਗ ਜੇ ਨਾ ਮਨ ਨੂੰ ਤੇ ਮੇਰੇ ਵੱਲ ਖੋ ਰਹੇ ਨੇ ਤੇ ਦੁਸ਼ਮਨ ਨੇ ਟਿੱਕੇ ਛੋੜਾ ਬੈਣਾ ਜੋ ਤੁਸੀਂ ਕਿਸੇ ਨੂੰ ਮਾਰਨ ਤੁਰੋਗੇ ਉਹਨੇ ਕਈ ਹੱਤ ਕੰਡੇ ਵਰਤਨੇ ਕਾਂ ਜਦੋਂ ਮਨਵਲ ਤੁਰਦੇ ਆ ਤੇ ਮਨ ਨੇ ਜਾਣ ਬੁਝ ਕੇ ਖਿਆਲ ਵੀ ਪਾਣੇ ਪੁੱਠੇ ਸਿੱਧੇ ਇਹਨੇ ਤੋੜਨਾ ਵੀ ਸੌਹੀਦੀ ਨਹੀਂ ਸਤਿਗੁਰੂ ਕਹਿੰਦੇ ਮੁਖ ਸਤਿਗੁਰੂ ਵਾਲ ਕਰਕੇ ਜੋ ਗੁਰੂ ਸਾਹਿਬ ਕਹਿੰਦੇ ਉੱਤ ਕਰਦੇ ਤੁਰੇ ਚੱਲੋ ਗੁਰੂ ਸਾਹਿਬ ਦਾ ਬਚਨ ਇਹਨਾ ਸਹਿਬ ਕਹਿੰਦੇ ਖਾਮੇ ਅੰਦਲੇ ਅੰਦ ਬਿਕ ਬਿਕ ਰਾਤੇ ਕਿਉਂ ਚਾਲੇ ਗੁਰ ਚਾਲੇ ਜਿ ਅਸੀਂ ਚੱਲਣ ਜੋਕੇ ਨਹੀਂ ਸਤ ਗੁਰ ਤੁਸੀਂ ਆਪ ਚਲਾਣਾ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੇ ਸਾਨੂੰ ਪੱਲਾ ਪਕੜਾਓ ਲਈ ਰੱਖੋ ਸਾਡੇ ਤੇ ਦਇਆ ਕਰੋ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਕਰ ਕੈ ਸੋਈ ਪਲ ਮਾਨੋ ਖਰ ਖਰ ਕਥਾ ਨਿਰਾਲੀ ਸਾਬ ਕਹਿੰਦੇ ਗੁਰ ਕਿਆ ਸਾਕਾਰ ਤੁਮਾਵੋ ਤੂੰ ਅੱਜ ਦਾ ਸਾਨੂੰ ਹੁਕਮ ਹੈ ਸਾਦੋ ਗੋਬਿੰਦ ਕੇ ਗੁਣ ਗਾਓ ਸਾਧਨ ਕਰਨ ਵਾਲੇ ਜਗਿਆਸੂ ਜਨੋ ਹੋਰ ਗੁਣ ਗਾਓ ਪਿਆਰ ਨਾਲ ਗਾਓ ਮਾਨਸ ਜਨਮ ਅਮੋਲਕ ਪਾਇਓ ਬੜਾ ਕੀਮਤੀ ਮਨੁੱਖਾ ਜਨਮ ਇਦਾ ਮੁੱਲ ਕੋਈ ਨਹੀਂ ਬਿਰਥਾ ਕਾਇ ਗਵਾਵੋ ਇਹਨੂੰ ਅਜਾਈ ਨਾ ਗਵਾਓ ਪਰੂ ਮਨੁੱਖਾ ਜਨਮ ਦਾ ਮੁੱਲ ਪਾਣਾ ਇਹ ਨਹੀਂ ਹੁੰਦਾ ਵੀ ਮਨ ਮਰਜ਼ੀ ਦੇ ਪੈਸੇ ਇਕੱਠੇ ਕਰਨੇ ਮਨ ਮਰਜ਼ੀ ਦੀਆਂ ਇਸ ਦੁਨੀਆ ਵਿੱਚ ਥਾਵੇਂ ਬਣਾਣੀਆਂ ਇਹ ਮਾਨਸ ਜਨਮ ਅਮੋਲਕ ਤਾਂ ਹੈ ਭਾਈ ਗੁਰਦਾਸ ਸਾਹਿਬ ਜੀ ਬਹੁਤ ਪਿਆਰੇ ਬਚਨ ਕਰਤੇ ਦੇ ਪ੍ਰਤੀ ਕਹਿੰਦੇ ਮਾਨਸ ਜਨਮ ਅਮੋਲਕ ਹੈ ਉਏ ਅਮੋਲ ਸਾਧ ਸੰਗ ਪਾਏ ਜੇ ਇਹਨੂੰ ਸਾਧ ਸੰਗਤ ਮਿਲ ਜੇ ਤਾਂ ਇਹ ਮਨੁੱਖਾ ਜਨਮ ਕੀਮਤੀ ਹੈ ਅੱਖੀ ਦੋਏ ਨਿਰਮੋਲ ਕਾ ਸਤਗੁਰ ਦਰਸ ਧਿਆਨ ਲਿਵ ਲਾਏ ਇਨ ਅੱਖਾਂ ਦੀ ਕੀਮਤ ਤਾਂ ਹੀ ਤੁਸੀਂ ਪਾਈ ਜੇ ਸਤਗੁਰੂ ਦੇ ਦਰਸ਼ਨ ਕਰਕੇ ਫਿਰ ਧਿਆਨ ਜੋੜੋ ਤੇ ਲਿਵ ਲਾਓ ਅੱਖਾਂ ਨਾਲ ਸਤਗੁਰੂ ਦੇ ਬਾਹਰੂ ਦਰਸ਼ਨ ਕਰ ਲੈ ਹੁਣ ਲਿਵ ਲਾ ਕੇ ਸੁਰਤੀ ਦੀ ਅੱਖ ਪੈਦਾ ਕਰੋ ਬੜੇ ਪਿਆਰੇ ਪਿਆਰੇ ਬੱਚੇ ਨੇ ਵੀ ਕੰਨਾਂ ਦੀ ਤਾਂ ਕੀਮਤ ਏ ਜੇ ਇਹਨਾਂ ਨਾਲ ਗੁਰੂ ਦਾ ਸ਼ਬਦ ਸੁਣੇ ਨਿੰਦਾ ਨਾ ਸੁਣੇ ਜ਼ੁਬਾਨ ਦੀ ਤਾਂ ਕੀਮਤ ਏ ਜੇ ਇਹ ਨਾਮ ਸਿਮਰਨ ਕਰੇ ਹੱਥਾਂ ਦੀ ਤਾਂ ਕੀਮਤ ਜੇ ਇਹ ਸੇਵਾ ਕਰਨ ਪੈਰਾਂ ਦਾ ਤਾਂ ਮੁੱਲ ਪਾਇਆ ਜੇਕਰ ਇਹ ਸਾਧ ਸੰਗਤ ਵਿੱਚ ਚੱਲ ਕੇ ਜਾਣ ਸਾਬ ਕਹਿੰਦੇ ਬੜਾ ਕੀਮਤੀ ਜੇ ਇਹਦੇ ਤੋਂ ਲਾਭ ਲਵੋ ਕਿਉਂ ਕੀਮਤੀ ਏ ਜੀ 84 ਲੱਖ ਜੂਨ ਨਹੀਂ ਕੀਮਤੀ ਬਹੁਤ ਕੀਮਤੀ ਪਰ 84 ਲੱਖ ਜੂਨ ਕੋਲ ਜਿਹੜੇ ਸਰੀਰ ਨੇ ਉਹਦੇ ਨਾਲ ਬੰਦਗੀ ਨਹੀਂ ਹੋ ਸਕਦੀ ਬੰਦਗੀ ਨਹੀਂ ਤੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਇੱਕੋ ਇੱਕ ਇਹ ਮਨੁੱਖਾ ਸਰੀਰ ਹੈ ਜਿਹਦੇ ਨਾਲ ਬੰਦਗੀ ਕਰਕੇ ਅਕਾਲ ਪੁਰਖ ਨੂੰ ਮਿਲਿਆ ਜਾ ਸਕਦਾ ਹੈ ਇਹਦਾ ਕੋਈ ਮਨੋਰਥ ਤੇ ਜ਼ਿੰਦਗੀ ਦਾ ਸਤਿਗੁਰਾਂ ਨੇ ਪਹਿਲੇ ਸ਼ਬਦ ਵਿੱਚ ਤਾਂ ਹੀ ਕਹਿ ਦਿੱਤਾ ਸੀ ਸਾਧੂ ਮਨ ਕਾ ਮਾਨ त्याਗੋ ਜਿੱਚੇ ਬਚਨ ਕਿਹਾ ਸੀ ਨਾ ਉੱਚ ਨਾਲ ਹੀ ਸੁਚੇਤ ਕੀਤਾ ਸੀ ਪਾਈ ਉਸ ਤਤ ਨਿੰਦਾ ਦੋ त्याਗਾ ਖੋਜੈ ਪਦ ਨਿਰਵਾਣਾ ਸਾਡਾ ਕੋਈ ਜ਼ਿੰਦਗੀ ਦਾ ਮਨੋਰਥ ਜੋ ਆਪ ਪੂਰਾ ਕਰਨਾ ਹੈ ਕਹਿੰਦੇ ਖੇੜ ਔਖੀ ਏ ਔਖੀ ਦਿਸਰੀ ਇਹਨਾਂ ਪੀ ਕਿਵੇਂ ਮਨ ਜਿਹੜਾ ਰੁਕਾਵਟਾਂ ਪਾਉਂਦਾ ਸਤਿਗੁਰੂ ਕਹਿੰਦੇ ਦੀ ਕੀਮਤ ਏ ਇਹਦੇ ਵਿੱਚ ਇਹਦੇ ਨਾਲ ਇਦੇ ਵਿੱਚ ਪਰਮੇਸ਼ਰ ਬੈਠਾ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ ਇਹਨੂੰ ਮਿਰਚਾ ਨਾ ਗਵਾਈਏ ਇਹ ਗਵਾਚੇਗਾ ਜੇ ਇਹਦੇ ਨਾਲ ਨਾਮ ਨਾ ਜਪਿਆ ਸੇਵਾ ਨਾ ਕੀਤੀ ਅੰਮ੍ਰਿਤ ਦੀ ਦਾਤ ਨਾ ਲਈ ਗੁਰੂ ਨਾਲ ਨਾ ਜੁੜੇ ਰਹਾਉ ਤਾ ਬੰਦੇ ਰਹਾਉ ਦਾ ਮਤਲਬ ਹੈ ਰੁਕੋ ਇਹਨਾਂ ਬਚਨਾਂ ਨੂੰ ਛੇਤੀ ਨਾਲ ਨਾ ਅੱਗੇ ਟੱਪ ਜਾਓ ਕਿ ਮਹਾਰਾਜ ਨੇ ਕਹਿਤਾ ਠੀਕ ਅਗਲੀ ਗੱਲ ਸੁਣੀਏ ਨਹੀਂ ਸਤਿਗੁਰੂ ਕਹਿੰਦੇ ਵਿਸਰਾਮ ਰੁਕੋ ਤੇ ਵੇਖੋ ਸਤਿਗੁਰੂ ਕੀ ਬਖਸ਼ਿਸ਼ ਕਰ ਰੇ ਅਗਲਾ ਬਚਨ ਨੇ ਪਤਤ ਪੁਨੀਤ ਦੀਨ ਬੰਦ ਹਰ ਸ਼ਰਨ ਤਾਹੇ ਤੁਮ ਆਵ ਕਮਾਲ ਦੇ ਬਚਨ ਨੇ ਜਦੋਂ ਮਨ ਨੂੰ ਕਹੀਏ ਨਾ ਵੀ ਤੂੰ ਰੱਬ ਨੂੰ ਮਿਲ ਸਕਦਾ ਤੂੰ ਬੰਦਗੀ ਕਰਿਆ ਕਰ ਮੇਰੇ ਵਰਗਾ ਪਾਪੀ ਕਿੱਥੇ ਮੈਂ ਕਿੱਥੇ ਪ੍ਰਭੂ ਨੂੰ ਮਿਲ ਸਕਦਾ ਮੇਰੇ ਭਾਗਾ ਚ ਕਿੱਥੇ ਵੀ ਮੈਂ ਸ਼ਾਂਤੀ ਮੇਰੇ ਅੰਦਰ ਆਵੇ ਜਾ ਮੇਰੇ ਅੰਦਰੋਂ ਮਹਾਰਾਜ ਦੀਆਂ ਬਖਸ਼ਾਂ ਪ੍ਰਗਟ ਹੋਣ ਆਪਾਂ ਤੇ ਪਾਪੀ ਬੜੇ ਆਂ ਸਹਿਬ ਕਹਿੰਦੇ ਮਨ ਤੇਰੇ ਤੋਂ ਭਜਣਾ ਚਾਹੁੰਦਾ ਈ ਤੇ ਮਨ ਨੂੰ ਆਪਾਂ ਪਕੜਨਾ ਏ ਇਹ ਗੱਲ ਤੂੰ ਨਹੀਂ ਕਹਿ ਰਿਹਾ ਇਹ ਤੇਰਾ ਮਨ ਕਹਿ ਰਿਹਾ ਸਤਗੁਰੂ ਕਹਿੰਦੇ ਜੇ ਤੂੰ ਪਤ ਤੇ ਤੇ ਤੂੰ ਜਦੋਂ ਗੁਣ ਗਾਏਂਗਾ ਰੱਬ ਦੀ ਸ਼ਰਨ ਵਿੱਚ ਆਏਂਗਾ ਨਾ ਉਹ ਤੈਨੂੰ ਪੁਨੀਤ ਬਣਾ ਦੇਗਾ ਪਵਿੱਤਰ ਬਣਾ ਦੇਗਾ ਪਿਆਰਿਓ ਪਤ ਤਾਂ ਤੂੰ ਪਵਿੱਤਰ ਬਣਾਣਾ ਇਹ ਸਤਗੁਰਾਂ ਦਾ ਹੀ ਕਰਮ ਕਹਿ ਮਹਾਰਾਜ ਇੱਕ ਜਗ੍ਹਾ ਬਚਨ ਕਰਦੇ ਕਹਿੰਦੇ ਲੋਹਾ ਜਿੰਨਾ ਮਰਜੀ ਸੜਿਆ ਪੁੱਜਿਆ ਹੋਵੇ ਮਨੂਰ ਖੋ ਜਾਵੇ ਉਹ ਸੋਨਾ ਮੰਨ ਜਾਂਦਾ ਏ ਜੇਕਰ ਉਹਨੂੰ 파ਰਸ ਮਿਲੇ ਬੰਦੇ ਨੇ ਜਿੰਨੇ ਮਰਜੀ ਪਾਪ ਕੀਤੇ ਖੋਣ ਗੁਨਾਹ ਕੀਤੇ ਖੋਣ ਲੱਖਾਂ ਕਰੋੜਾਂ ਅਰਬਾਂ ਖਰਬਾਂ ਕੀਤੇ ਖੋਣ ਜੇ ਪੂਰਾ ਗੁਰੂ ਮਿਲ ਜਾਏ ਉਹ ਦਿੰਦਾ ਜੁ ਉਨਾਮ ਨਾਮ ਜਪਣਾ ਸ਼ੁਰੂ ਕਰੀਏ ਗੁਰੂ ਕੇ ਪਿਆਰਿਓ ਤਮਾਮ ਪਾਪਾਂ ਦੀ ਮੈਲ ਨੂੰ ਉਹ ਧੋ ਕੇ ਰੱਖ ਕੇ ਪਵਿੱਤਰ ਬਣਾ ਦਿੰਦਾ ਹੈ ਸਤਿਗੁਰਾਂ ਦੇ ਬਚਨ ਨੇ ਸਹਿਬ ਕਹਿੰਦੇ ਭਇਆ ਮਨੂਰ ਕੰਚਨ ਫਿਰ ਖੋਵੇ ਜੇ ਗੁਰ ਮਿਲੇ ਤਨੇਖਾ ਪਾਪਾਂ ਨਾਲ ਸੜਿਆ ਮਨੂਆ ਜਿਹੜਾ ਮਨੂਰ ਵਰਗਾ ਸੋਨੇ ਵਰਗਾ ਪਵਿੱਤਰ ਹੋ ਸਕਦਾ ਲਿਸ਼ਕੇਗਾ ਪੂਰਾ ਗੁਰੂ ਮਿਲੇ ਪੂਰਾ ਗੁਰੂ ਕੀ ਕਰਦਾਏ ਏਕ ਨਾਮ ਅੰਮ੍ਰਿਤ ਓ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਆ ਓ ਨਾਮ ਦੇਂਦਾ ਕਦੇ ਨਾ ਇਹ ਕਹਿ ਕੇ ਖਿਹੜਾ ਛੁੜਾਈਏ ਵੀ ਮੈਂ ਤੇ ਪਾਪੀ ਬੜਾ ਵਾਂ ਮੇਰੇ ਭਾਗ ਕਿੱਥੇ ਨੇ ਸਤਗੁਰ ਜੀ ਕਹਿੰਦੇ ਤੇਰੇ ਭਾਗ ਜਗਾਨ ਲਈ ਤਾਂ ਗੁਰੂ ਨਾਨਕ ਸਾਹਿਬ ਨੇ ਦਸ ਜਾਮੇ ਧਾਰਨ ਕੀਤੇ ਨੇ ਤੇਰੇ ਪਤਿਤ ਪੁਣਾ ਦੂਰ ਕਰਨ ਲਈ ਤਾਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਾਨ ਨੇ ਇਹ ਮਨ ਚੰਚਲ ਇਹਦਾ ਸਵਾਲ ਏ ਸੋ ਇਹਦੇ ਇਹਦੇ ਘੇਰੇ ਵਿੱਚ ਨਾ ਆਈਏ ਇਹਦੇ ਤੋਂ ਬਚੀਏ ਆਪਣੇ ਆਪ ਨੂੰ ਦੂਰ ਕਰੀਏ ਕਿ ਸ਼ਰਨ ਤਾਏ ਤੁਮ ਆਵੋ ਵਾਇਗੁਰੂ ਦੀ ਸ਼ਰਨ ਆਈਏ ਉਹ ਦੀਨ ਬੰਧ ਘਰ ਉਹਦੇ ਨਾਂ ਕੈਸੇ ਪਿਆਰੇ ਉਹ ਗਰੀਬ ਨਵਾਜ ਦੀਨਾ ਬੰਦੂ ਖੈ ਹਰ ਉਹ ਸਾਰੇ ਪਾਪਾ ਨੂੰ ਖਰ ਲਏਗਾ ਜਿਵੇਂ ਲੱਕਮਣ ਲੱਕੜ ਪਈ ਹੋਵੇ ਇੱਕ ਕਿਤੇ ਚੰਗਿਆੜੀ ਅੱਗ ਦੀ ਪਾਓ ਸਾਰੀ ਲੱਕੜ ਸੜ ਕੇ ਸੁਆਹ ਹੋ ਜਾਏਗੀ ਜਦੋਂ ਗੁਰੂ ਦਾ ਨਾਮ ਇਹਦੇ ਚ ਪਵੇਗਾ ਤੇ ਤੇਰੇ ਪਾਪ ਵੀ ਸਾਰੇ ਸੜ ਜਾਣਗੇ ਕਦੇ ਨਾ ਕਹੀਏ ਭਈ ਮੈਂ ਪਾਪੀ ਹਾਂ ਹੁਣ ਬਹੁਤ ਕੋਈ ਨਹੀਂ ਕੰਮ ਹੋਣਾ ਭਾਵੇਂ ਜਵਾਨੀ ਲਾਂਗੀ ਬੁਢਾਪੇ ਵਿੱਚਾਂ ਜਿੱਥੇ ਵੀ ਖੜੇ ਆਂ ਸ਼ਰਨ ਵਿੱਚ ਆਈਏ ਤੇ ਉਹਦਾ ਨਾਮ ਦਾ ਪੱਲਾ ਪਕੜੀਏ ਸਤਗੁਰੂ ਨੇ ਇੱਕ ਹੋਰ ਕਿਰਪਾ ਕੀਤੀ ਅਗਲੀ ਪੰਕਤੀ ਅੰਦਰ ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਖੇ ਬਿਸਰਾਬੂ ਗਜ ਕਹਿੰਦੇ ਖਾਤੀ ਨੂੰ ਹਾਥੀ ਬਾਰੇ ਇੱਕ ਗਾਤਾ ਹੈ ਇਹਨੂੰ ਇੱਕ ਵਾਰਾਂ ਤੰਦੂਏ ਨੇ ਪਕੜ ਲਿਆ ਸੀ ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ ਕਿ ਸਤਗੁਰੂ ਬਾਰ ਬਾਰ ਕਾਫੀ ਵਰੀ ਪ੍ਰਮਾਣ ਦੇਣਗੇ ਖਾਤੀ ਦਾ ਫਿਰ ਗਨਕਾ ਦਾ ਅਜਾਮਲ ਦਾ ਇਹ ਸਾਰਾ ਕੁਝ ਦਾ ਕੀ ਮਤਲਬ ਇਹਦੇ ਮਗਰ ਵੀ ਇੱਕ ਕਹਾਣੀ ਹੈ ਗੱਜ ਤੇ ਗੱਜ ਦਾ ਮਤਲਬ ਖਾਥੀ ਸਤਗੁਰੂ ਜੀ ਬਚਨ ਕਰਦੇ ਨੇ ਸ਼ਲੋਕਾਂ ਵਿੱਚ ਵੀ ਕਰਨਗੇ ਅਗਲੇ ਸ਼ਬਦਾਂ ਵਿੱਚ ਵੀ ਇਹ ਸ਼ਬਦ ਆਏਗਾ ਕਹਿੰਦੇ ਮੰਨਿਆ ਜਾਂਦਾ ਹੈ ਇਹ ਕੋਈ ਗੰਧਾਰਵ ਸੀ ਇਹ ઋષਿ ਸੀ ਇਹਦੇ ਕੋਲੋਂ ਕੋਈ ਪੁੱਲ ਹੋ ਗਈ ਸੀ ਇਹਨੂੰ ਸ਼ਰਾਪ ਮਿਲਿਆ ਸੀ ਇਹਦੇ ਗੁਰੂ ਵੱਲੋਂ ਮੈਂ ਕਿਸੇ ਦਿਨ ਬੇਨਤੀ ਕਰਾਂਗਾ ਪਰ ਅੱਜ ਇਸ ਪੱਖ ਤੇ ਰਹੀਏ ਜੋ ਮਨ پکڑਣ ਦੀ ਕਹਾਣੀ ਚੱਲ ਰਹੀ ਹੈ ਪੀ ਮਨ ਨੂੰ ਕਿਵੇਂ ਪਕੜਨਾ ਹੈ ਪਹਿਲਾ ਸ਼ਬਦ ਵੀ ਤਿਆਗ ਇਹ ਦੂਜਾ ਉਹਦੇ ਨਾਲ ਸੰਬੰਧ ਹੈ ਸਤਿਗੁਰੂ ਜੀ ਕਹਿੰਦੇ ਹਾਥੀ ਜਿਹੜਾ ਸੀ ਉਹ ਪਾਣੀ ਚ ਵੜਿਆ ਤਾਕਤਵਾਰ ਉਹਨੇ ਥੱਲੋਂ ਤੰਦੂਏ ਨੇ ਪਕੜ ਲਿਆ ਹਾਥੀ ਨੇ ਬੜਾ ਜ਼ੋਰ ਲਾਇਆ ਉਹਦੇ ਤੋਂ ਛੁੱਟੇ ਛੁੱਟ ਨਾ ਸਕਿਆ ਤੰਦੂਆ ਥੱਲੇ ਖਿੱਚ ਰਿਆ ਸੀ ਹਾਥੀ ਨੇ ਵੇਖਿਆ ਪੀ ਬਸ ਹੁਣ ਮੈਨੂੰ ਤੰਦੂਆ ਖਿੱਚ ਕੇ ਲੈ ਜਾਏਗਾ ਉਦੇ ਅੰਦਰੋਂ ਖੂਕ ਨਿਕਲੀ ਅਰਦਾਸ ਕੇ ਨਿਰੰਕਾਰ ਮੈਨੂੰ ਬਚਾ ਤੂੰ ਹੀ ਬਚਾ ਸਕਦਾ ਮੇਰੇ ਤੋਂ ਬੱਚਿਆ ਨਹੀਂ ਜਾਣਾ ਕਹਿੰਦੇ ਉਹਦੀ ਅਰਦਾਸ ਸੁਣੀ ਗਈ ਤੰਦੂਏ ਤੂੰ ਨੂੰ ਛੁਡਾ ਲਿਆ ਉਹਦਾ ਡਰ ਸੀ ਜਿਹੜਾ ਦੂਰ ਹੋ ਗਿਆ ਸਾਬ ਕਹਿੰਦੇ ਤੁਸੀਂ ਬੰਦਗੀ ਕਰੋ ਰੱਬ ਦੀ ਸ਼ਰਨ ਵਿੱਚ ਪੈ ਕੇ ਇਹ ਡਰੋਨੈਸ ਮਨ ਤੰਦੂਏ ਨੇ ਪਕੜਿਆ ਜਦੋਂ ਤੁਹਾਡੇ ਅੰਦਰੋਂ ਨਿਕਲੇਗੀ ਬੰਦਗੀ ਕਰ ਕਰਕੇ ਅਰਜੋਈ ਜਿਵੇਂ ਹਾਥੀ ਨੂੰ ਛੁਡਾ ਲਿਆ ਮੈਂ ਤੁਹਾਨੂੰ ਮਨ ਤੋਂ ਉਹ ਆਪ ਛੜਾਏਗਾ ਉਹਦੇ ਤੇ ਭਰੋਸਾ ਕਰੋ ਤੁਸੀਂ ਕਿਉਂ ਡਰਦੇ ਹੋ ਤੁਸੀਂ ਭੁੱਲਦੇ ਹੋ ਕਿਉਂ ਰੱਬ ਨੂੰ ਉਹਦੀ ਸੁਣੀ ਤੇ ਤੁਹਾਡੀ ਕਿਉਂ ਨਾ ਸੁਣੇਗਾ ਸੁਣੇਗਾ ਅਸੀਂ ਕਾਂਗੇ ਛੇਤੀ ਕਿਉਂ ਨਹੀਂ ਸੁਣਦਾ ਉਹ ਛੇਤੀ ਸੁਣਦਾ ਸਾਡੇ ਅੰਦਰ ਉਹ ਅਰਦਾਸ ਵਾਲੀ ਹਾਲਤ ਨਹੀਂ ਛੇਤੀ ਹੁੰਦੀ ਅੰਦਰੋਂ ਨਹੀਂ ਨਿਕਲਦੀ ਢੂੰਗੀ ਜਗਾ ਤੋਂ ਜਿੱਥੋਂ ਤੱਕ ਉਹ ਪਹੁੰਚ ਕੇ ਸਾਡੇ ਪਾਪਾਂ ਨੇ ਤੁਪਣਾ ਖੁੰਦਾ ਹੈ ਸਭ ਕਹਿੰਦੇ ਦੇ ਲਿਤਾਜ ਅਭਮਾਨ ਅਹੰਕਾਰ ਛੱਡੋ ਮੋ ਮਾ ਆਪੋ ਨੂੰ ਮਾਇਆ ਦੀ ਪਕੜ ਤਿਆਗੋ ਭਜਨ ਰਾਮ ਚਿਤ ਲਾਵੋ ਵਦ ਤੋਂ ਵਦ ਵਾਇਕ੍ਰੂਦਿ ਸਿਮਰਨ ਵਿੱਚ ਚਿਤ ਲਾਓ ਉਧਰ ਕੋਸ਼ਿਸ਼ ਕਰੋ ਨਾਨਕ ਕਹਿਤ ਮੁਕਤ ਪੰਥ ਇਹ ਗੁਰਮੁਖ ਹੋਏ ਤੁਮ ਭਾਵ ਜੇ ਇਹੋ ਪੜਾਂਗੇ ਤੇ ਖਾਕੇ ਨੂੰ ਹੋੜਾ ਲੱਗ ਜਾਏਗਾ ਗੁਰਬਾਣੀ ਦੀ ਆਪਣੀ ਵਿਆਕਰਣ ਹੈ ਇਹ ਇੱਕ ਬੱਚਾ ਨੇ ਇਹ ਭਈ ਆਹ ਰਸਤਾ ਜੇ ਇੱਕੋ ਇੱਕ ਮੁਕਤੀ ਦਾ ਪੰਥ ਕਹਿੰਦੇ ਰਸਤੇ ਨੂੰ ਮੁਕਤੀ ਕੀ ਏ ਅੱਗੇ ਬਚਨ ਵਿਚਾਰਾਂਗੇ ਅੱਜ ਮੈਂ ਬੇਨਤੀ ਕਰ ਰਿਹਾ ਸੰਕਲਪ ਤੇ ਅੱਜ ਮਨ ਨੂੰ ਪਕੜਨ ਦੀ ਸਤਿਗੁਰੂ ਜੀ ਕਹਿੰਦੇ ਦੇਖ ਇਸ ਮਨ ਤੋਂ ਮੁਕਤ ਹੋਣ ਦਾ ਰਸਤਾ ਏਵੇਂ ਗੁਰਮਖ ਗੁਰੂ ਦੇ ਸਨਮੁਖ ਹੋ ਕੇ ਇਸ ਰਸਤੇ ਤੇ ਚੱਲ ਕੇ ਮਨ ਤੋਂ ਬਚ ਸਕਦੇ ਹੋ ਤੁਸੀਂ ਤੇ ਪਰਮੇਸ਼ਰ ਨੂੰ ਪਾ ਸਕਦੇ ਹੋ ਜਦੋਂ ਹੀ ਮਨ ਤੋਂ ਛੁੱਟ ਗਏ ਅਗੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਨੇ ਉਹਨਾਂ ਨੇ ਆਪ ਹੀ ਛੁਡਾਉਣਾ ਏ ਪਰ ਸਾਡੇ ਸਾਡੀ ਜੋ ਡਿਊਟੀ ਜੋ ਫਰਜ ਲਾਈ ਨੇ ਸਨ ਜੁਗਤੀਆਂ ਦੱਸਦੇ ਨੇ ਕਦੇ ਉਹਦੇ ਤੋਂ ਕੰਨੀ ਨਾ ਘਤਰਾਈਏ ਆਪਣਾ ਪੂਰਾ ਜੋਰ ਪਹਿਲਾਂ ਸਤਿਗੁਰੂ ਕਹਿੰਦੇ ਲਾ ਦਿਓ ਆਪਣੇ ਕੰਮਾਂ ਕਾਰਾਂ ਵੇਲ ਇਹ ਵੀ ਧਿਆਨ ਵਾਦ ਤੋਂ ਬਾਦ ਇਧਰ ਰਵੇ ਸੰਗਤ ਕਰੀਏ ਸ਼ੁਭ ਕਰਮ ਕਰੀਏ ਜਿੰਨਾ ਸਮਾਂ ਬਚਦਾ ਜੋਰ ਲਗਾ ਕੇ ਫਿਰ ਪਤਾ ਲੱਗਦਾ ਹੈ ਇਹ ਜੋਰ ਦਾ ਕੰਮ ਨਹੀਂ ਕਹਿ ਇਹ ਅਰਦਾਸ ਦਾ ਕੰਮ ਹੈ ਪਰ ਇਦਾਈ ਨਹੀਂ ਮਤਲਬ ਜੋਰ ਨਹੀਂ ਲਾਣਾ ਜੋਰ ਲਾਣ ਤੋਂ ਬਾਅਦ ਪਤਾ ਲੱਗੇਗਾ ਇਹਦੇ ਨਾਲ ਜੋਰ ਨਾਲ ਨਹੀਂ ਛੁੱਟੀ ਦਾ ਜੋਰ ਅਜੁਗਤੀ ਛੁੱਟੇ ਸੰਸਾਰ ਉਦੋਂ ਕੀ ਹੋਏਗਾ ਜੇ ਹੁਣ ਅਸੀਂ ਕਰਾਂਗੇ ਹੰਕਾਰ ਉਸੇ ਤਰ੍ਹਾਂ ਪੱਲੇਵੇ ਜੋਰ ਲਗਾਣ ਤੋਂ ਬਾਅਦ ਹੰਕਾਰ ਮੁੱਕ ਚੁੱਕਾ ਖੁੰਦਾ ਅੰਦਰੋਂ ਬੰਦਾ ਡਿੱਗ ਪੈਂਦਾ ਸਾਤੀ ਦੀ ਤਰ੍ਹਾਂ ਮੇਰੇ ਕੋਈ ਬਾਹ ਨਹੀਂ ਹੈ ਦਾਤਿਆ ਹੁਣ ਤਾਂ ਮੇਰ ਕਰ ਅੰਦਰੋਂ ਜਦੋਂ ਉਹ ਜੋਰ ਫਿਰ ਸਾਹਿਬ ਕਹਿੰਦੇ ਛੇਖਾ ਅੰਦਰੋਂ ਜੋਰ ਛੱਡ ਤੂੰ ਭਉ ਕਰ ਚੱਲ ਗਵਾਏ ਉਹਦੇ ਉਹਦੇ ਸਮਰਪਣ ਖੋ ਜਾ ਅੰਦਰੂ ਬਾਰੂ ਉਹਦਾ ਖੋਜਾ ਕਹਦੇ ਪ੍ਰਭ ਜੀਓ ਖਸਮਾ ਨ ਕਰ ਪਿਆਰੇ ਬੁਰੇ ਪਲੇ ਹਮਤਾਰੇ ਹੈ ਮੇਰੇ ਮਾਲਕਾ ਬੁਰਾ ਆਖਾਂ ਭਲਿਆਂ ਤੇਰੀਆਂ ਜਦੂ ਅੰਦਰੂ ਡਿੱਤਾਂਗੇ ਉਹ ਤੇ ਚਰਨਾਂ ਦੇ ਅੰਦਰ ਤੇ ਉਹ ਦਰ ਟੱਟੀਆਂ ਦੀ लाज ਰੱਖਦਾ ਸਹਬ ਕਹਿੰਦੇ ਗੁਰਮੁਖ ਹੋਏ ਤੁਮ ਪਾਉ ਫਿਰ ਤੁਸੀਂ ਪਾਉਗੇ ਕਿੰਨੂ ਸਾਈ ਨੂੰ ਆਪੇ ਨੂੰ ਨਿਰੰਕਾਰ ਨੂੰ ਪਿਆਰੋ ਜੋ ਅੰਦਰ ਉਹਨੇ ਰਹਿਮਤਾ ਸਿਪਾਈਆਂ ਨੇ ਉਹਦੇ دیدار ਕਰਾਂਗੇ ਤੋ ਆਓ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਬਖਸ਼ਾ ਦੇ ਪਰੇ ਇਹ ਬਚਨ ਜ਼ਿੰਦਗੀ ਵਿੱਚ ਸੱਚ ਮੁੱਚ ਖੰਡਾਏ ਮਿਹਨਤ ਕਰੀਏ ਰਾਜ ਕੇ ਪਰ ਉਹਦੀ ਰਹਿਮਤ ਤੇ ਪ੍ਰੋਸਾ ਕਰੀਏ ਤੁਰੇ ਰਹੀਏ ਜੇ ਤੁਰੇ ਰਾਗੇ ਤਿੱਕ ਦਿਨ ਉਹ ਵੀ ਕੜੀ ਆਏਗੀ ਮਨ ਦੀ ਨਾ ਸੁਣੀਏ ਸਤਿਗੁਰਾਂ ਦੀ ਸੁਣੀਏ ਉਹ ਜੋ ਕੁਝ ਕਹਿਣ ਉਹ ਕਰਦੇ ਆਪਾਂ ਤੁਰੇ ਚਲੀਏ ਫਿਰ ਮਹਾਰਾਜ ਦੀ ਮੇਰ ਖੋਏਗੀ ਇੰਨੇ ਬਚਨ ਪ੍ਰਵਾਨ ਕਰਨੇ ਹੋਈਆਂ ਪੁੱਲਾਂ ਦੀ ਖਿਮਾ ਕਰਨੀ ਬਸ ਇੱਕੋ ਬਚਨ ਚੇਤਾ ਰੱਖੀਏ ਮਨ ਰੰਗੋ ਅੜ ਪਾ ਗਿਓ ਮਨ ਰੰਗੋ ਅਡਪਾ ਗਿਓ ਮਨ ਰੰਗੋ ਅਡਪਾ ਗਿਓ ਮਨ ਰੰਗੋ ਅਡਪਾ ਗਿਓ ਮਨ ਦੇ ਮਗਰ ਨਹੀਂ ਲੱਗਣਾ ਸਭ ਕਹਿੰਦੇ ਨੂੰ ਨਾਮ ਦਾ ਰੰਗ ਚਾੜਨਾ ਏ ਤੇ ਵਟੇ ਭਾਗ ਬਣਾਣੇ ਕਰਨ ਸਤਿਗੁਰੂ ਬਣਾਣ ਪੁੱਲ ਚੁੱਕ ਦੀ ਖਿਮਾ ਫਤੇ ਬਲਾਉ ਜੀ ਵਾਹਿ ਗੁਰਜੀਕਾ ਕਾਲਸਾ ਵਾਹਿ ਗੁਰਜੀਕੀ ਫਤਿਹ